ਸੁਲਤਾਨ ਸਰ ਕੀ ਹਾਲ ਚਾਲ ਨੇ ਕਰਮ ਦਾ ਬਾਗ ਦਾ ਭਾਈ ਸਰ ਆਪਣਾ ਮੁਕਤਸਰ ਜਿਆ ਤੁਹਾਰਫ ਕਰੋ ਨਾਮ ਹੈ ਮੇਰਾ ਸਰਕਾਰ ਰਾਹਤ ਅਲੀ ਤੇ ਕਿਹੜਾ ਇਲਾਕਾ ਜੇ ਰਣਸੀਵਾਲ ਇਹ ਕਿਹੜੇ ਇਲਾਕੇ ਚ ਆਂਦਾ ਹੈ ਨਾਰਵਾਲ ਦਾ ਜਿਆ ਸਰ ਮੱਜਾ ਕਦੋਂ ਦੇ ਪੇ ਪਾਲਦੇ ਹੋ ਇਹ ਦਾਦਿਓਂ ਪਰਦਾਦਿਓਂ ਕਰਨਾ ਹੈਗਾ ਦਾਦਿਓਂ ਪਰਦਾਦਿਓਂ ਨਸਲ ਦਾ ਨਸਲ ਨਸਲ ਦਾ ਸਰ ਮੱਜਾਂ ਚੋਂ ਕੀ ਪਾਇਆ ਤੇ ਕੀ ਖੋਇਆ ਕਾਰਾ ਖੋਇਆ ਤੇ ਇਹਦਾ ਕੁਛ ਨਹੀਂ ਹੈ ਪਾਇਆ ਹੀ ਆ ਜੋ ਪਾਇਆ ਸਰ ਮੋਟਾ ਮੋਟਾ ਦੱਸੋ ਕੀ ਕਮਾਇਆ ਜੇ ਇਹਨਾਂ ਚੋਂ ਸ਼ੌਕ ਹੈ ਕਿਤੇ ਪਹਿਲੇ ਨੰਬਰ 'ਤੇ ਅੱਛਾ ਸਾਡਾ ਠੀਕ ਆ ਦੂਸਰੇ ਨੰਬਰ 'ਤੇ ਨਾ ਕਰਮਾਰੀਆਂ ਦੇ ਨਾਲ ਹੀ ਚੱਲਣ ਡਏ ਆ ਸਰ ਉਮਰ ਦੱਸੋ ਆਪਣੀ ਕਿੰਨੀ ਜੇ ਉਮਰ ਹੈ ਕੋਈ 19 ਸਾਲ ਮਾਸ਼ਾਅੱਲਾ ਇੰਨੀ ਯੰਗ ਉਮਰ ਦੇ ਵਿੱਚ ਮੱਝਾਂ ਦਾ ਹੀ ਸ਼ੌਕ ਕਿਉਂ ਸਰਕਾਰ ਇਹ ਸਾਡਾ ਦਾਦਿਓਂ ਪਰਦਾਦਿਓਂ ਕੰਮ ਆ ਅਤੇ ਵੇਖੋ ਉਹਨਾਂ ਨੂੰ ਵੀ ਸ਼ੌਕ ਸੀ ਅਤੇ ਸਾਨੂੰ ਵੀ ਸ਼ੌਕ ਹੈ ਯਾਨੀ ਕਿ ਵੱਡਿਆਂ ਵੇਖ ਕੇ ਸ਼ੌਕ ਪੈ ਗਿਆ ਵੱਡਿਆਂ ਵਿੱਚ ਵੇਖ ਕੇ ਸ਼ੌਕ ਪੈ ਗਿਆ ਅਤੇ ਤੁਹਾਨੂੰ ਇਸ ਕੰਮ 'ਚ ਬੜੇ ਦਾ ਕਿੰਨੇ ਸਾਲ ਹੋ ਗਏ ਨੇ ਇਹ ਹੋ ਹੀ ਗਏ ਨੇ ਸਾਨੂੰ ਵੀ 10-12 ਸਾਲ ਹੋ ਗਏ 10-12 ਸਾਲ ਇਸ ਉਮਰ 'ਚ ਲੋਕ ਸਕੂਲਾਂ ਦੀ ਤਰਫ ਜਾਂਦੇ ਨੇ ਤੁਸੀਂ ਮੱਝਾਂ ਲਈ ਕਿਉਂ ਪੜ੍ਹੇ ਵੀ ਆ ਜਨਾਬ ਅੱਛਾ ਅਤੇ ਮੱਝਾਂ ਵਾਲੇ ਮੱਝਾਂ ਵਾਲੀ ਮੱਝਾਂ ਦਾ ਸ਼ੌਕ ਬਹੁਤਾ ਹੋ ਗਿਆ ਮੱਝਾਂ ਦਾ ਸ਼ੌਕ ਬਹੁਤਾ ਹੋ ਗਿਆ ਅੱਛਾ ਕਿੰਨੀਆਂ ਮੱਝਾਂ ਨੇ ਡੇਰੇ 'ਤੇ ਹੈ ਨੇ 110-115 ਮਾਸ਼ਾਅੱਲਾ 110-115 ਕਿਹੜੀ ਨਸਲ ਦੀਆਂ ਜੇ ਇਹ ਚੀਚਾਵਤਨੀ ਨਸਲ ਦੀਆਂ ਚੀਚਾਵਤਨੀ ਨਸਲ ਦੀਆਂ ਕਦੇ ਮੱਝ ਆਪੇ ਖਰੀਦੀ ਜੇ ਆਪ ਹੀ ਖਰੀਦ ਕੇ ਲਿਆਈਦੀਆਂ ਆਪ ਹੀ ਖਰੀਦ ਕੇ ਲਿਆਈਦੀਆਂ ਨੇ ਸਰ ਮੱਝ ਖਰੀਦਣਾ ਇੱਕ ਮੁਸ਼ਕਲ ਕੰਮ ਹੈ ਅਤੇ ਮੱਝ ਖਰੀਦਣ ਲੱਗਿਆਂ ਕਿਹੜੀ ਚੀਜ਼ ਵੇਖਦੇ ਹੋ ਮੱਝ ਖਰੀਦਣ ਲੱਗਿਆਂ ਸਰਕਾਰ ਵੇਖੀਦਾ ਝੰਮ ਉਹਦਾ ਕਿਹੋ ਜਿਹਾ ਸਰ ਦੱਸੋ ਕਿ ਚੰਗੀ ਮੱਝ ਦਾ ਝੰਮ ਕਿਵੇਂ ਦਾ ਹੋਏਗਾ ਚੰਮੀ ਚੰਗੀ ਜਿਹੜੀ ਉਹਦਾ ਝੰਮ ਜਿਹੜਾ ਬਰੀਕ ਹੁੰਦਾ ਬਰੀਕ ਹੁੰਦਾ ਮੋਟੀ ਚਮੜੀ ਜਿਹੜੀ ਆ ਉਹ ਚੰਗੀ ਮੱਝ ਨਹੀਂ ਕਹਿਲਾਏਗੀ ਸਰ ਹੋਰ ਖੂਬੀ ਦੱਸੋ ਚੀਚਾਵਤਨੀ ਨਸਲ ਦੀ ਸਰਕਾਰ ਪਹਿਚਾਣ ਇਹ ਵੀ ਮਹੀਂ ਕੱਦ ਬਹੁਤ ਵਾਲੀ ਹੁੰਦੀ ਹੈ ਚੰਗੀ ਅੱਛਾ ਠੀਕ ਆ ਅਤੇ ਦੂਜੇ ਨੰਬਰ 'ਤੇ ਖਾਂਦੀ ਚੰਗਾ ਪੀਂਦੀ ਚੰਗਾ ਵਾ ਸਾਨੂੰ ਆ ਕੇ ਪ੍ਰੋਬਲਮ ਨਹੀਂ ਹੁੰਦੀ ਹੈ ਖਾਂਦੀ ਪੀਂਦੀ ਕਿ ਚੰਗਾ ਹੈ ਜਾਂ ਕੋਈ ਦਿੰਦੀ ਵੀ ਚੰਗਾ ਨਹੀਂ ਦੁੱਧ ਬੜਾ ਅੱਲਾ ਦੇ ਹੁਕਮ ਤੁਹਾਡੇ ਡੇਰੇ 'ਤੇ ਤੁਹਾਡੇ ਤਜੁਰਬੇ ਦੇ ਵਿੱਚ ਮੱਝ ਨੇ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦਿੱਤਾ ਆਹ ਸਰਕਾਰ 'ਚੋੜਿਆ 32-34 ਕਿਲੋ ਮਹੀਂ ਦੁੱਧ ਇੱਕ ਮੱਝ ਦਾ ਹਾਂਜੀ ਪੱਕੀ ਗੱਲ ਹੈ ਪੱਕੀ ਗੱਲ ਛੋਟੀ ਹੈ 32-34 ਕਿਲੋ ਹਾਂਜੀ ਸਰ 32-34-18-20 ਤਾਂ ਹੀ ਸੁਣਿਆ ਤਾਂ 32-34 ਕਿਲੋ ਸਰਕਾਰ ਆ 3-3 ਲੱਖ ਰੁਪਈਆ ਭਰਨਾ ਹੁੰਦਾ ਇੰਨੇ ਨਹੀਂ ਭਰਦੇ ਹੈ 32-34 ਕਿਲੋ ਮੱਝ ਦੁੱਧ ਜਿਹੜੀ ਦਿੰਦੀ ਹੈ 3-3 ਲੱਖ ਦੀ ਆਉਂਦੀ ਹੈ ਹਾਂਜੀ ਸਰ ਵੰਡੇ ਨਾਲ ਮੁੱਲ ਦਾ ਕੋਈ ਨਹੀਂ ਹੁੰਦਾ ਹੈ ਵੇਖੋ ਜਦੋਂ ਇੱਕ ਜਿਹੜਾ ਦੁੱਧ ਹੁੰਦਾ ਨਾ ਇਹ ਹੁੰਦੀ ਹੈ ਕਰਮ ਨਵਾਦੀ ਰੱਬ ਦੀ ਅੱਛਾ ਠੀਕ ਹੈ ਬੰਦਾ ਹੱਥ ਭੰਨੇ ਨਾ ਤਾਂ ਸਾਰਾ ਕੁਛ ਹੁੰਦਾ ਸਰ ਹੱਥ ਭੰਨਣ ਤੋਂ ਮੁਰਾਦ ਕੀ ਲੈਂਦੇ ਹੋ ਮਸਾਲਾ ਦੇਈਦਾ ਮਈਆਂ ਨੂੰ ਜਨਾਬ ਸਰ ਕਿਹੜਾ ਮਸਾਲਾ ਮੇਥੇ ਹਾਲਿਓ ਮਿਰਚਾਂ ਤੇਲ ਘਿਓ ਇਹਦੇ ਨਾਲ ਮੱਝ ਦੁੱਧ ਚੰਗਾ ਦਿੰਦੀ ਹੈ ਹਾਂਜੀ ਸਾਰੀਆਂ ਇੰਨਾ ਨਾ ਦਿੰਦੀਆਂ ਨੇ ਕੋਈ ਚੰਦ ਇੱਕ ਦਿੰਦੀਆਂ ਨੇ ਨਹੀਂ ਜਿਹੜੀਆਂ ਸੱਜਰਾਂ ਮਈਆਂ ਨੇ ਉਹ ਇੰਨੀਆਂ ਕਰਦੀਆਂ ਸੱਜਰ ਮਈਆਂ ਇੰਨਾ ਕਰ ਛੱਡਦੀਆਂ ਤਾਜ਼ੀਆਂ ਸੂਈਆਂ ਜਿਹੜੀਆਂ ਠੀਕ ਹੈ ਯਾਨੀ ਕਿ ਸਾਰੀਆਂ ਇੰਨਾ ਕਰ ਸਕਦੀਆਂ ਨੇ ਹਾਂ ਸਰ ਇੱਕ ਮੱਝ ਨੂੰ ਵੱਡਾ ਜਿਹੜਾ ਮਸਾਲਾ ਮਸੂਲਾ ਦਿੰਦੇ ਪਏ ਉਹ ਕਿੰਨਾ ਕੁ ਪਾਹੜ ਦਿਓ ਮਸਾਲਾ ਦੇਈਦਾ ਕੋਈ ਕਿਲੋ ਕਿਲੋ ਇਹਨਾਂ ਨੂੰ ਕਿਲੋ ਕਿਲੋ ਹਾਂ ਵੰਡ ਜਿੰਨਾ ਵੰਡ ਜਿੰਨਾ ਇਹ ਖਾ ਲੈਣਾ ਜਿੰਨਾ ਖਾ ਲੈਣਾ ਜਿੰਨਾ ਖਾ ਲੈਣਾ ਖੁੱਲਾ ਪਾਉਣਾ ਖੁੱਲਾ ਪਾਉਣਾ ਆਪਾਂ ਹੀ ਇਹਨਾਂ ਪਿਛਾ ਹੋਣਾ ਖਾ ਗਿਆ ਹਾਂ ਨਹੀਂ ਕਰਨਾ ਸਰ 110 ਮੱਝਾਂ ਦੱਸੀਆਂ ਹਾਂਜੀ ਅਤੇ ਕਿੰਨਾ ਵੰਡਾ ਡੇਲੀ ਦਾ ਲੱਗ ਜਾਂਦਾ ਵੰਡਾ ਲੱਗ ਜਾਂਦਾ ਕੋਈ 15 ਪੈਕ ਲੱਗ ਜਾਂਦੇ 15 ਬੋਰੀਆਂ ਸਰ ਕਿਹੜੀ ਨਸਲ ਦਾ ਵੰਡਾ ਪਾਉਂਦੇ ਪਏ ਹੋ KB90 KB90 ਕਿਉਂ ਉਹਦੀ ਖਾਸੀਅਤ ਬੜੀ ਆ ਖਾਸੀਅਤ ਬੜੀ ਆ ਹਾਂ ਦੁੱਧ ਦੇ ਲਿਹਾਜ਼ ਨਾਲ ਇੱਕ ਮੱਝ ਫਰਜ਼ ਕਰੋ ਦੁੱਧ ਹੀ ਨਹੀਂ ਪਿਆ 20 ਕਿਲੋ ਹਾਂਜੀ ਵੰਡੇ ਤੋਂ ਬਗੈਰ ਵੰਡਾ ਪਾ ਕੇ ਕਿੰਨਾ ਦੁੱਧ ਕਰੇਗੀ ਵੰਡਾ ਪਾ ਕੇ ਕਰੇਗੀ 27-28 ਕਿਲੋ ਯਾਨੀ ਕਿ ਵੰਡੇ ਨਾਲ 7-8 ਕਿਲੋ ਦਾ ਫਰਕ ਪੈਂਦਾ ਸਰ ਇੰਨੇ ਜਾਨਵਰਾਂ ਵਾਸਤੇ ਕਿੰਨੀ ਚਾਰੇ ਲਈ ਜ਼ਮੀਨ ਰੱਖੀ ਜੇ ਜ਼ਮੀਨ ਹੈ ਸਾਡੇ ਕੋਈ 50-55 ਕਿਲੇ 50-55 ਕਿਲੇ ਅਤੇ 50-55 ਕਿਲੇ ਮੱਝਾਂ ਵਾਸਤੇ ਹੀ ਹੈ ਮਹੀਆਂ ਸਰ ਅਸੀਂ ਦੇਖਦੇ ਪਏ ਹਾਂ ਜਿਹੜਾ ਚਾਰਾ ਪਾਇਆ ਜੇ ਇਹਨਾਂ ਨੂੰ ਸਾਬਤਾ ਹੀ ਤੁਸੀਂ ਛੁੱਟਿਆ ਹਾਂਜੀ ਇਹ ਸਾਬਤਾ ਹੀ ਪਾਉਣਾ ਸਾਬਤ ਅਤੇ ਤਾਕਤ ਦੀ ਆਦਤ ਹੁੰਦੀ ਕੁੱਤਰ ਕੇ ਨਹੀਂ ਪਾਇਆ ਕਦੇ ਨਹੀਂ ਪਾਇਆ ਕਿ ਅੱਜ ਨਹੀਂ ਪਾਇਆ ਬਸ ਨਹੀਂ ਪਾਉਂਦੇ ਨਹੀਂ ਆਏ ਕੁਦਰਤ ਸਾਬਤ ਹੀ ਸੁੱਟਣਾ ਸਾਬਤ ਹੀ ਪਾਉਣਾ ਮੈਂ ਤਾਕਤ ਜ਼ਿਆਦਾ ਹੁੰਦੀ ਹੈ ਸਟਾਲਾ ਵਗੈਰਾ ਸਾਰਾ ਹਾਂ ਠੀਕ ਹੋ ਗਿਆ ਸਰ ਇੰਨੀਆਂ ਮੱਝਾਂ ਵਾਸਤੇ ਤੂੜੀ ਕਿੰਨੀ ਸਟਾਕ ਕਰਦੇ ਹੋ ਸਾਲ ਵਾਸਤੇ ਤੂੜੀ ਅਸੀਂ ਨਾਲ ਲਿਆਉਂਦੇ ਰਹਿੰਦੇ ਹਾਂ
ਨਾਲ ਨਾਲ ਮਹੀਨੇ 'ਚ ਜਾਂ ਇੱਕ ਦਿਨ 'ਚ ਦੱਸ ਸਕਦੇ ਕਿੰਨੀ ਲੱਗਦੀ ਆ? ਰੋਜ਼ ਦੀ ਤੂੜੀ ਜਿਹੜੀ ਆ 12 ਮਣ ਆ ਸਾਡੀ, ਪੱਕਾ 12 ਮਣ, ਪੱਕੀ 12 ਮਣ ਆ। ਸਰ ਤੂੜੀ ਦੇ ਵਿੱਚ ਕਿਹੜੀ ਚੀਜ਼ ਪਾਉਂਦੇ ਹੋ? ਤੂੜੀ ਦੇ ਵਿੱਚ ਅਸੀਂ ਆ ਪੱਠੇ ਕੁਦਰ ਕੇ ਪਾਉਂਦੇ ਹਾਂ, ਥੋੜ੍ਹੇ ਕੁ ਪੱਠੇ ਕੁਦਰ ਕੇ ਪਾਉਂਦੇ ਹੋ ਅਤੇ ਉੱਤੇ ਵੰਡ ਸੁੱਟੀ ਦਾ ਹੈ। ਠੀਕ ਹੈ ਸਰ। ਮਾਸ਼ਾਅੱਲਾ ਮੱਝਾਂ ਤੁਹਾਡੀਆਂ ਖੂਬਸੂਰਤ ਅਤੇ ਸਿਹਤਮੰਦ ਨੇ, ਇਹਦਾ ਰਾਜ਼ ਦੱਸੋ। ਇਹਦਾ ਰਾਜ਼ ਸਰਕਾਰ ਆ ਜੀ, ਮਈ ਤੋਕੜ ਵੀ ਆ, ਦੁੱਧ ਨਹੀਂ ਵੀ ਦਿੰਦੀ, ਉਹਨੇ ਵੀ ਵੰਡ ਖਾਣਾ। ਸਰ ਉਹ ਹਿਸਾਬ ਕਿਤਾਬ ਸਾਰਾ ਫਿਰ ਬਰਾਬਰ ਹੋ ਜਾਂਦਾ, ਇਹ ਕਰਮਾਂ ਵਾਲੀਆਂ ਕਰ ਛੱਡਦੀਆਂ ਨੇ ਆਪਣਾ। ਸਰ ਅਸੀਂ ਦੇਖਦੇ ਪਏ ਹਾਂ ਮਾਸ਼ਾਅੱਲਾ ਮੱਝਾਂ ਹੀ ਮੱਝਾਂ ਨੇ ਤੁਹਾਡੇ ਕੋਲ, ਕਟੇਰ ਬੜੇ ਹੀ ਘੱਟ ਨੇ। ਕਟੇਰ ਨਾਲ ਨਾ ਦੇ ਦੀਦੇ ਨੇ, ਕਟੇਰ ਨਹੀਂ ਰੱਖਦੇ। ਸਰ ਮੱਝ ਕਿਹੜੇ ਸੂਏ 'ਚ ਚੰਗਾ ਦੁੱਧ ਦਿੰਦੀ ਹੈ? ਦੂਸਰੇ 'ਚ। ਦੂਸਰੇ 'ਚ? ਅਤੇ ਮੱਝ ਕਿਹੜੇ ਸੂਏ ਖਰੀਦਣੀ ਚਾਹੀਦੀ ਹੈ? ਮੈਂ ਪਹਿਲੇ, ਅਸੀਂ ਪਹਿਲਾਂ ਲੈਂਦੇ ਹਾਂ। ਪਹਿਲਾਂ? ਹਾਂਜੀ। ਅਤੇ ਕਿੰਨੇ ਸੂਏ ਕੋਲ ਰੱਖਦੇ ਹੋ? ਅਸੀਂ ਜਦੋਂ ਦਿਲ ਕਰਦਾ ਦੇ ਵੇਚ ਦਿੰਦੇ ਹਾਂ। ਸਰ ਦਿਲ ਕਦੋਂ ਕਰਦਾ? ਦਿਲ ਉਹਨੂੰ ਕਰਦਾ ਜਦੋਂ ਫੰਡਰ ਹੁੰਦੀ ਆ। ਅੱਛਾ ਸਰ, ਡੇਰੇ 'ਤੇ ਕੋਈ ਬਰੀਡਰ ਰੱਖਿਆ ਜਾਂ ਡਾਕਟਰ ਵਗੈਰਾ ਕੋਈ ਸਿਮਨ ਲਗਵਾਉਂਦੇ ਹੋ? ਡਾਕਟਰ ਰੱਖੇ, ਡਾਕਟਰ ਕੋਲ ਸਿਮਨ ਲਗਵਾਈਦਾ। ਹਾਂਜੀ ਸਰ। ਇਹਨਾਂ ਦਾ ਵੈਕਸੀਨੇਸ਼ਨ ਦਾ ਸ਼ਡਿਊਲ ਦੱਸੋ ਕਿ ਮਹੀਨੇ ਬਾਅਦ ਕਰਵਾਉਂਦੇ ਹੋ? ਮਹੀਨੇ ਬਾਅਦ, ਇੱਕ ਮਹੀਨੇ ਬਾਅਦ। ਸਰ ਇੰਨੀਆਂ ਮੱਝਾਂ 'ਤੇ ਕਿੰਨਾ ਖਰਚਾ ਆਉਂਦਾ ਦਵਾਈ ਦਾ? ਆਉਂਦਾ ਕੋਈ 1,50,000। 1 ਮਹੀਨੇ ਦਾ 1,00,000 ਰੁਪਈਆ? ਸਰ ਕਿਸ ਤਰ੍ਹਾਂ ਲਾ ਕੇ ਜਾਂਦਾ ਉਹ 1,00,000 ਰੁਪਈਆ? ਯਾਨੀ ਕਿ ਅਸੀਂ ਆਹ ਵੀ 5 ਗ੍ਰਾਮ ਦੇ ਟੀਕੇ ਲਾਉਂਦੇ ਹਾਂ। 5 ਗ੍ਰਾਮ ਦੇ? ਹਾਂਜੀ। ਇੰਨੀਆਂ ਮੱਝਾਂ ਦੇ ਸਰ ਮਹੀਨੇ ਦਾ 1,00,000 ਰੁਪਈਆ ਇਹਨਾਂ 'ਤੇ ਖਰਚਾ ਆ ਜਾਂਦਾ ਹੈ, ਅਤੇ ਸਿਰਫ ਦਵਾਈਆਂ ਦਾ, ਅਤੇ ਬਾਕੀ ਜਿਹੜੇ ਖਰਚੇ ਨੇ ਉਹ ਕਿੰਨੇ ਕੁ ਆ ਜਾਂਦੇ ਨੇ? ਬਾਕੀ ਖਰਚਾ ਰੋਜ਼ ਦਾ ਵੰਡ ਜਿਹੜਾ 25,000-30,000 ਰੁਪਈਏ। 25,000-30,000 ਦਾ? ਹਾਂਜੀ। ਅਤੇ ਸਰ ਰੋਜ਼ ਦਾ ਇਹਨਾਂ ਦਾ ਦੁੱਧ ਕਿੰਨਾ ਬਣ ਜਾਂਦਾ? ਦੁੱਧ ਹੋ ਜਾਂਦਾ ਕੋਈ 60,000 ਦਾ। 60,000 ਦਾ? ਯਾਨੀ ਅੱਧ ਨਾਲ ਜ਼ਿਆਦਾ ਦੇ ਜਾਂਦੀਆਂ ਨੇ? ਹਾਂਜੀ। ਸਰ ਮਹੀਨੇ ਦਾ ਕੀ ਇਹ ਬਚਾ ਜਾਂਦੀਆਂ ਜੇ? ਸਰਕਾਰ ਮਹੀਨੇ ਦਾ ਇਹ ਬਚਾ ਜਾਂਦੀਆਂ ਨੇ ਕੋਈ ਰੁਪਈਆ 7-8 ਲੱਖ। ਮਾਸ਼ਾਅੱਲਾ 7-8 ਲੱਖ ਬਚਾ ਜਾਂਦੀਆਂ ਨੇ ਪੱਕਾ? ਹਾਂਜੀ। ਅਤੇ ਖਰਚਾ ਕਿੰਨਾ ਇਹਨਾਂ ਦਾ? ਖਰਚੇ ਸਰਕਾਰ ਇਹਨਾਂ ਦੇ ਇੰਜੀ ਨੇ ਨਾਲ ਨਾਲ ਜੋ ਕੋਈ ਖਾਈ। ਨਹੀਂ, ਮਿਸਾਲ ਦੇ 7-8 ਲੱਖ ਤਾਂ ਉਹਨੂੰ ਬੱਚੇ ਤਾਂ ਆਉਂਦੀ ਪਈ ਹੈ। ਹਾਂਜੀ। ਤਾਂ ਉਹਦੇ 'ਚੋਂ ਜਿਹੜੇ ਕੱਢਿਆ ਤੁਸੀਂ ਖਰਚਾ ਕੱਢਿਆ? ਖਰਚਾ ਕੱਢ ਕੇ ਹਾਂਜੀ। ਖਰਚਾ ਤਾਂ ਮਹੀਆਂ ਜਿਹੜੀਆਂ ਸਾਰੀਆਂ ਮਹੀਆਂ ਦਾ ਖਰਚਾ ਜਿਹੜੀਆਂ 20 ਮਹੀਆਂ ਚੁੱਕ ਛੱਡਦੀਆਂ। 20 ਮਹੀਆਂ ਪੂਰਾ ਕਰ ਛੱਡਦੀਆਂ? ਬਾਕੀ ਪ੍ਰੋਫਿਟ? ਬਾਕੀ ਪ੍ਰੋਫਿਟ। ਸਰ ਇੰਨੇ ਜਾਨਵਰਾਂ ਵਾਸਤੇ ਬੰਦੇ ਕਿੰਨੇ ਰੱਖੇ ਜੇ? ਬੰਦੇ ਹੈ ਨਾ ਕਿ 7-8। 7-8 ਘਰ ਦੇ ਜਾਂ ਮੁਲਾਜ਼ਮ ਰੱਖੇ ਨੇ? 4-5 ਹੀ ਘਰ ਦੇ ਆ, ਅਤੇ 5-4 ਮੁਲਾਜ਼ਮ ਰੱਖੇ। 5-4 ਮੁਲਾਜ਼ਮ ਰੱਖੇ ਨੇ। ਸਰ ਡੇਰੀ ਦਾ ਇੱਕ ਔਖਾ ਕੰਮ ਦੱਸੋ, ਡੇਰੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਦੱਸੋ। ਡੇਰੀ ਦੀ ਮੁਸ਼ਕਲ ਸਫਾਈ ਹੈ ਜੀ। ਸਫਾਈ ਹੈ? ਹਾਂਜੀ। ਸਰ ਲੋਕ ਕਹਿੰਦੇ ਨੇ ਕਿ ਡੇਰੀ ਦੇ ਵਿੱਚ ਮੁਲਾਜ਼ਮਾਂ ਦਾ ਬੜਾ ਮਸਲਾ ਹੈ। ਮੁਲਾਜ਼ਮਾਂ ਦਾ ਮਸਲਾ ਤਾਂ ਹੁੰਦਾ ਜਦੋਂ ਲੋਕ ਆਪ ਖਰਾਬ ਕਰਦੇ ਨੇ ਉਹਨਾਂ ਦੀ ਤਨਖਾਹ। ਆਪ ਖਰਾਬ ਕਰਦੇ ਨੇ? ਆਪ ਖਰਾਬ ਕਰਦੇ। ਤੁਹਾਡੇ ਕੋਲ ਮੁਲਾਜ਼ਮ ਟਿਕੇ ਦੇ ਆ ਕਿੰਨੀ ਚਿਰ ਹੋ ਗਈ ਆ? ਸਾਡੇ ਕੋਲ ਮੁਲਾਜ਼ਮ ਜਿਹੜੇ ਨੇ 10-10, 12-12 ਸਾਲ ਹੋ ਗਏ ਨੇ। ਮਾਸ਼ਾਅੱਲਾ 10-12 ਸਾਲ ਤੁਸੀਂ ਕਿਵੇਂ ਰੱਖ ਲਏ? ਹੁਣ ਸਾਨੂੰ ਇਹ ਦੱਸੋ ਕਿ ਲੋਕ ਕਿਉਂ ਫਾਰਮਰ ਜਿਹੜੇ ਨੇ ਉਹ ਮੁਲਾਜ਼ਮ ਨਹੀਂ ਰੱਖ ਸਕਦੇ? ਮੁਲਾਜ਼ਮ ਉਹ ਤਾਂ ਨਹੀਂ ਰੱਖ ਸਕਦੇ, ਮੁਲਾਜ਼ਮਾਂ ਦਾ ਖਰਚਾ ਬਹੁਤ ਹੈ। ਅੱਛਾ। ਅਤੇ ਖਰਚਾ ਲੋਕ ਪੂਰਾ ਨਹੀਂ ਕਰਦੇ ਉਹਨਾਂ। ਕੀ ਤਨਖਾਹ ਦਿੰਦੇ ਪਏ ਉਹਨਾਂ ਨੂੰ? ਤਨਖਾਹ ਅਸੀਂ ਦੇ ਰਹੇ ਜੇ 18,000 ਰੁਪਈਆ ਇੱਕ। 18,000 ਰੁਪਈਆ ਇੱਕ ਨੂੰ? ਅਤੇ ਬਾਕੀ ਰੋਟੀ ਪਾਣੀ? ਰੋਟੀ ਪਾਣੀ ਸਾਡਾ ਆਪਣਾ ਆਪਣਾ। ਹਾਂਜੀ। ਅਤੇ ਛੁੱਟੀਆਂ ਦਾ ਕੀ ਸ਼ਡਿਊਲ ਰੱਖਿਆ ਉਹਨਾਂ ਦਾ? ਛੁੱਟੀ ਦਾ ਕੋਈ ਸ਼ਡਿਊਲ ਨਹੀਂ ਹੈ, ਜਦੋਂ ਉਹਨਾਂ ਦਾ ਦਿਲ ਕਰਦਾ ਛੁੱਟੀ ਕਰ ਲੈਂਦੇ, ਵਿਆਹ ਸ਼ਾਦੀ ਜਾਂ ਜਦੋਂ। ਯਾਨੀ ਕਿ ਮੁਲਾਜ਼ਮ ਨੂੰ ਬੰਦਾ ਆਪੇ ਖਰਾਬ ਕਰਦਾ? ਆਪੇ ਹੀ ਖਰਾਬ ਕਰਦਾ। ਠੀਕ ਹੋ ਗਿਆ। ਸਰ ਮੱਝਾਂ ਦੇ ਬਾਰੇ 'ਚ ਕਿੰਨਾ ਕੁ ਜਾਣਗੇ ਤੁਸੀਂ ਛੋਟੀ ਜਿਹੀ ਉਮਰ 'ਚ? ਮੀਆਂ ਦੇ ਬਾਰੇ 'ਚ ਬਹੁਤ ਜ਼ਿਆਦਾ ਜਾਣਗੇ ਹਾਂ ਜਨਾਬ। ਸਰ ਮੱਝਾਂ ਦੇ ਬਾਰੇ 'ਚ ਮੋਟੀਆਂ ਮੋਟੀਆਂ ਬਿਮਾਰੀਆਂ ਦੱਸੋ। ਮੋਟੀ ਬਿਮਾਰੀ ਇੱਕ ਥੰਮ ਨੂੰ ਜਿਹੜਾ ਸਾੜੂ ਕਰ ਜਾਂਦੀ ਹੈ। ਬਿਲਕੁਲ ਵੱਡੀ ਬਿਮਾਰੀ ਹੈ, ਇਹਦਾ ਕੀ ਇਲਾਜ ਹੈ? ਇਹਦਾ ਇਲਾਜ ਅਜੇ ਤੱਕ ਸਾੜੂ ਦਾ ਜਿਹੜਾ 5 ਗ੍ਰਾਮ ਦਾ ਟੀਕਾ। ਅੱਛਾ। ਆਪ ਹੀ ਲਾਉਂਦੇ ਹੋ? ਰੂਟੀਨ ਨਾਲ ਉਹ ਅਸੀਂ ਆਪ ਲਾਉਂਦੇ, ਰੂਟੀਨ ਨਾਲ ਲੱਗਦਾ ਜਾਏ ਉਹਨੂੰ, ਖਤਮ ਹੋ ਜਾਂਦਾ। ਸਰ ਇਹ ਬਿਮਾਰੀ ਲੱਗਦੀ ਕਿਉਂ ਹੈ? ਇਹ ਬਿਮਾਰੀ ਲੱਗਦੀ ਹੈ ਸਫਾਈ ਦੀ ਵਜ੍ਹਾ, ਥੱਲੇ ਸਫਾਈ ਨਾ ਹੋਏ। ਸਰ ਸਫਾਈ ਜਿਹੜੀ ਕਿੰਨੇ ਦਿਨਾਂ ਬਾਅਦ ਕਰਦੇ ਪਏ ਹੋ? ਸਫਾਈ ਅਸੀਂ ਰੋਜ਼ ਬਲੇਡ ਮਾਰਨੇ। ਰੋਜ਼ ਬਲੇਡ ਵੱਜਦਾ? ਰੋਜ਼ ਬਲੇਡ ਵੱਜਦਾ। ਠੀਕ ਹੋ ਗਿਆ। ਸਰ ਮੱਝਾਂ ਜਿਹੜੀਆਂ ਨੇ ਇਹਨਾਂ ਨੂੰ ਡੇਲੀ ਦੇ ਵਿੱਚ ਅੱਜ ਕੱਲ੍ਹ ਗਰਮੀ ਹੈ, ਅਤੇ ਕਿੰਨੀ ਦਫ਼ਾ ਪਾਣੀ ਪਿਲਾਉਂਦੇ ਪਿਓ ਅਤੇ ਕਿੰਨੀ ਦਫ਼ਾ ਨਵਾਉਂਦੇ ਪਿਓ? ਪਾਣੀ ਇਹਨਾਂ ਆਪਣੀ ਮਰਜ਼ੀ ਨਾਲ ਪੀਣਾ, ਲਾਗੇ ਹੋੜੀਆਂ ਭਰੀਆਂ ਨੇ, ਅਤੇ 2-3 ਵਾਰੀ ਇਹ ਨਵਾਉਣੀਆਂ ਹੁੰਦੀਆਂ। 2-3 ਵਾਰੀ? ਹਾਂਜੀ। ਸਰ ਇੰਨੀਆਂ ਮੱਝਾਂ ਨੂੰ ਆਸਾਨੀ ਨਾਲ ਨਹਾਇਆ ਜਾਂਦਾ? ਕੋਈ ਤਲਾਬ ਵਗੈਰਾ ਬਣਾ ਕੇ ਮੋਟਰ ਲਵਾਈ ਹੈ? ਨਹੀਂ, ਇੱਥੇ ਆਪ ਨਵਾਉਂਦੇ ਹਾਂ ਜੀ। ਅੱਛਾ। ਹਾਂਜੀ, ਆਪ ਨਵਾਉਣ ਦਾ ਸ਼ੌਕ ਬਹੁਤ ਹੈ।
ਸ਼ੌਕ ਨਾਲ ਕੰਮ ਕਰਦੇ ਪਏ ਹੋ। ਹਾਂਜੀ ਸਰ, ਜਿਹੜੇ ਲੋਕ ਤੁਹਾਨੂੰ ਸੁਣਦੇ ਪਏ ਨੇ ਉਹਨਾਂ ਨੂੰ ਕੀ ਮਸ਼ਵਰਾ ਦੇਵੋਗੇ, ਡੇਅਰੀ ਦਾ ਕੰਮ ਕਿੰਝਦਾ ਕੰਮ ਹੈ? ਡੇਅਰੀ ਦਾ ਕੰਮ ਪਹਿਲੇ ਨੰਬਰ 'ਤੇ ਹੁੰਦਾ ਸ਼ੌਕ ਨਾਲ, ਮਜਬੂਰੀ ਨਾ ਕਰੇ ਨਾ ਕੋਈ ਅਤੇ ਉਹ ਸ਼ੌਕ ਨਹੀਂ ਹੈ ਸਰ। ਇੱਕ ਤਾਂ ਸ਼ੌਕ ਹੈ ਅਤੇ ਦੂਆ ਇਹਦੇ 'ਚ ਫਾਇਦਾ, ਚੰਗਾ ਫਾਇਦਾ? ਫਾਇਦਾ ਬਹੁਤ ਹੈ ਜੇ ਕਰੇ ਬੰਦਾ ਸ਼ੌਕ ਨਾਲ, ਕਰੇ ਸ਼ੌਕ ਨਾਲ। ਹਾਂ, ਕਮਾਈ ਵਾਲਾ ਨਾ ਵੇਖੇ ਵੀ ਮੈਂ ਕਮਾਈ ਕਰਨੀ ਆ, ਸ਼ੌਕ ਹੋਣਾ ਚਾਹੀਦਾ, ਸ਼ੌਕ ਹੋਣਾ ਚਾਹੀਦਾ। ਹਾਂਜੀ ਸਰ, ਇਹ ਵੀ ਦੱਸੋ ਕਿ ਇੰਨੇ ਤੁਹਾਡੇ ਡੰਗਰ ਨੇ ਮਾਸ਼ਾਅੱਲਾ, ਅਤੇ ਧਾਰ ਕਿਸ ਤਰ੍ਹਾਂ ਕੱਢਦੇ ਉਹਨਾਂ ਦੀ? ਆਪ ਹੀ ਚੋਣੇ ਆ ਸਾਰੇ ਡੰਗਰਾਂ ਦੀ? ਹਾਂਜੀ। ਜਾਂ ਕੋਈ ਮਸ਼ੀਨ ਰੱਖੀ ਦਿੰਦੇ? ਆਪ ਹੀ ਚੋਣੀਆਂ ਹੱਥਾਂ ਨਾਲ। ਸਰ ਕਿੰਨਾ ਟਾਈਮ ਲੱਗਦਾ ਧਾਰ ਕੱਢਣ ਲੱਗਿਆ? ਇਹ ਲੱਗ ਜਾਂਦੇ ਨੇ 3 ਤੋਂ 3.5 ਘੰਟੇ। 3 ਤੋਂ 3.5 ਘੰਟੇ? ਹਾਂਜੀ। ਇਸ ਟਾਈਮ ਜਿਹੜੇ ਨਾ ਦੁੱਧ ਦੇਣ ਵਾਲੇ ਜਾਨਵਰ ਕਿੰਨੇ ਨੇ ਡੇਰੇ 'ਚ? ਹੈ ਨੇ 90। ਯਾਨੀ ਕਿ 90 ਜਿਹੜੇ ਡੰਗਰ ਨੇ 3.5 ਘੰਟੇ ਤੁਸੀਂ ਉਹਨਾਂ ਨੂੰ ਧਾਰ ਕੱਢ ਲੈਂਦੇ? ਹਾਂਜੀ, ਬੜੀ ਗੱਲ ਹੈ ਜੀ। ਸਰ ਇਹਨਾਂ ਦਾ ਦੁੱਧ ਆਸਾਨੀ ਨਾਲ ਸੇਲ ਹੋ ਜਾਂਦਾ ਹੈ ਜਾਂ ਮੁਸ਼ਕਿਲ ਪੇਸ਼ ਆਉਂਦੀ ਹੈ? ਆਸਾਨੀ ਨਾਲ ਸਾਡੀ ਆਪਣੀ ਦੁਕਾਨ, ਆਪਣੀ ਦੁਕਾਨ ਹੈ, ਆਪਣੀ ਸ਼ਾਪ ਆ। ਠੀਕ ਹੈ, ਠੀਕ ਹੈ ਸਰ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼।